ਕਦੇ ਕਦੇ ਗਾਡਰਾ ਸੂ ਸਿੰਘ ਹਾਰ ਜਾਵੇ। ਕਦੇ ਕਦੇ ਗਾਡਰਾ ਸੂ ਸਿੰਘ ਹਾਰ ਜਾਵੇ। ਸਮੇ ਕੋ ਭਰੋਸੋ ਕੋ ਨੀ ਆਧੇ ਮੌਕਾ ਪਤੀ ਕਦੀ ਗਾਡਰਾ ਸੂ ਸਿੰਘ ਹਾਰ ਜਾਵੇ। ਕਦੀ ਕਦੀ ਗਾਡਰਾ ਸੂ ਸਿੰਘ ਹਾਰ ਜਾਵੇ। ਕਿਉਂਕਿ ਕਦੇ ਕਦੇ ਗਾਡਰਾ ਸੂ ਸਿੰਘ ਹਾਰ ਜਾਵੇ। ਕਵੀ ਨੇ ਕਹਿਣਾ ਕਿਆ ਚਾਹਿਆ? ਸਮੇ ਕੋ ਭਰੋਸੋ ਕੋ ਨੀ। ਕਈ ਸਮੇਂ ਥਾ ਉਨ ਟਾਈਮ ਕਾਲਾ ਥਾ ਬਮਰ, ਆਜ ਧੋਲਾ ਹੋ ਗਿਆ। ਕਈ ਵਾਰ ਦੌਂਤ ਥਾ ਚਮਕੀਲਾ, ਆਜ ਪੜ ਗਿਆ। ਕਦੇ ਸਾਈਕਲ ਹੀ ਆਜ ਕਾਰੋਂ ਮੈਂ ਬੈਠਾ ਹੋ, ਕਈ ਕਾਰੋਂ ਵਾਲਾ ਵਾਪਸ ਸਾਈਕਲ ਮਾਥੇ ਆ ਗਿਆ। ਤੋ ਸਮੇਂ ਹੈ ਤੁਲਸੀ ਨਰ ਕਾ ਕਿਆ ਬੜਾ, ਔਰ ਸਮੇਂ ਬੜੀ ਬਲਵਾਨ, ਕਾਬਾ ਲੂਟੀ ਗੋਪੀਆਂ ਵਹੀ ਅਰਜੁਨ ਵਹੀ ਬਾਣ। ਤੋ ਸਭੀ ਲੋਕ ਜਗ ਕੇ ਥੋੜਾ। ਕਦੇ ਕਦੇ ਗਾਡਰਾ ਸੂ ਸਿੰਘ ਹਾਰ ਜਾਵੇ। ਸਮੇਂ ਕੋ ਭਰੋਸੋ ਕੋ ਨੀ, ਕਦ ਪਲਟੀ ਮਾਰ ਜਾਵੇ। ਸਮੇਂ ਕੋ ਭਰੋਸੋ ਕੋ ਨੀ, ਕਦ ਪਲਟੀ ਮਾਰ ਜਾਵੇ। ਕਿਉਂਕਿ ਰਾਜਾ ਦਸ਼ਰਥ ਨੇ ਸੋਚਿਆ ਥਾ ਕਿ ਅਬ ਮੈਂ ਆਪਣੇ ਪੁੱਤਰ ਕੋ ਅਯੋਧਿਆ ਕਾ ਰਾਜ ਦੂੰਗਾ। ਭਗਵਾਨ ਸ਼੍ਰੀ ਰਾਮ ਜਬ ਬੜੇ ਹੋਏ ਮਹਾਪੁਰਸ਼ ਸਿੱਧ ਲੈਨਾਥ ਜੀ ਮਹਾਰਾਜ ਹਮ ਸਭੀ ਕੇ ਬੀਚ ਮੇਂ ਬੈਠੇ ਹੈ ਕਿ ਇੱਕ ਪਿਤਾ ਚਾਹਤਾ ਹੈ ਕਿ ਅਬ ਮੈਂ ਮੇਰਾ ਪੂਰਾ ਕਾਰੋਬਾਰ ਆਪਣੇ ਬੇਟੋ ਕੋ ਦੇ ਦੂੰਗਾ, ਮੈਂ ਫ੍ਰੀ ਹੋ ਜਾਊਂਗਾ। ਰਾਜਾ ਨੇ ਵੀ ਇਹੀ ਸੋਚਿਆ। ਰਾਜਾ ਦਸ਼ਰਥ ਨੇ ਸੋਚਿਆ ਕਿ ਅਬ ਅਯੋਧਿਆ ਕਾ ਰਾਜ ਰਾਮ ਕੋ ਦੇ ਦੇਤਾ ਹੂੰ, ਰਾਮ ਰਾਜ ਕਾਰਯ ਕਰੇਗਾ ਔਰ ਮੈਂ ਆਰਾਮ ਕਰੂੰਗਾ। ਲੇਕਿਨ ਹੁਆ ਕਿਆ? ਸ਼੍ਰੀ ਰਾਮ ਰਾਜਾ ਕਾ ਲੜਕਾ ਬਾਤ ਸਮਝ ਨਾ ਆਵੇ। ਰਾਮ ਚੰਦਰ ਰਾਜਾ ਕਾ ਬੇਟਾ ਬਾਤ ਸਮਝ ਨਹੀਂ ਆਵੇ। ਰਾਮਚੰਦਰ ਰਾਜਾ ਕਾ ਬੇਟਾ ਬਾਤ ਸਮਝ ਨਹੀਂ ਆਵੇ। ਰਾਜਾ ਸੋਚੇ ਅਰੇ ਦਸ਼ਰਥ ਸੋਚੇ, ਰਾਜਾ ਬਣਸੀ ਵੋ ਜੰਗਲ ਮੇ ਜਾਵੇ। ਰਾਮਚੰਦਰ ਰਾਜਾ ਕਾ ਬੇਟਾ ਬਾਤ ਸਮਝ ਨਹੀਂ ਆਵੇ, ਔਰ ਦਸ਼ਰਥ ਸੋਚੇ ਰਾਜਾ ਬਣਸੀ, ਪਰ ਰਾਮ ਜੀ ਤੋਂ ਜੰਗਲ ਕੇ ਲੀਏ ਰਵਾਨਾ ਹੋਏ, ਵਨ ਕੇ ਲੀਏ ਰਵਾਨਾ ਹੋਏ, ਔਰ ਵਹਾਂ ਪਰ ਵੀ ਨਾਰੀ ਨਾਰੀ ਕਰਦਾ ਡੋਲੇ। ਨਾਰੀ ਨਾਰੀ ਕਰਦਾ ਡੋਲੇ, ਨਾਰੀ ਨਾਰੀ ਕਰਦਾ ਡੋਲੇ, ਆਸੂੜਾ ਧੜਕਾਵੇ। ਸਮੇਂ ਕੋ ਭਰੋਸੋ ਕੋ ਨੀ। ਤਾਲੀ ਵਜਾਓ ਸਭੀ ਲੋਕ ਵਜਾਓ। ਸਮੇਂ ਕੋ ਬੇੜੋ ਕੋ ਨੀ, ਸਮੇਂ ਕੋ ਭਰੋਸੋ ਕੋ ਨੀ, ਸਮੇਂ ਕੋ ਭਰੋਸੋ ਕੋ ਨੀ, ਕਦ ਪਲਟੀ ਮਾਰ ਜਾਵੇ। ਸਮੇਂ ਕੋ ਭਰੋਸੋ ਕੋ ਨੀ, ਕਦ ਪਲਟੀ ਮਾਰ ਜਾਵੇ। ਸਮੇਂ ਕੋ ਭਰੋਸੋ ਕੋ ਨੀ, ਕਦ ਪਲਟੀ ਮਾਰ ਜਾਵੇ।